ਸਵਾਗਤ ਕੀਤੇ ਨੇ ਤੁਹਾਡਾ ਤੁਹਾਡੇ ਆਪਣੇ YouTube ਚੈਨਲ Exam Study ਤੇ ਅੱਜ ਦਾ ਆਪਣਾ ਟੌਪਿਕ ਹੈ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਹਾਂਜੀ ਹੁਣ ਆਪਾਂ ਇਸ ਵੀਡੀਓ ਵਿੱਚ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਸੰਬੰਧਿਤ 66 ਮਹੱਤਵਪੂਰਨ ਪ੍ਰਸ਼ਨ ਕਰਾਂਗੇ ਜੋ ਤੁਹਾਡੇ ਪੇਪਰ ਦੇ ਪੁਆਇੰਟ ਆਫ 뷰 ਤੋਂ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹਨ ਇਸ ਲਈ ਤੁਸੀਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਣਾ ਚਲੋ ਸ਼ੁਰੂ ਕਰਦੇ ਹਾਂ ਆਪਣਾ ਅੱਜ ਦਾ ਵੀਡੀਓ ਕਵੈਸਚਨ ਨੰਬਰ 1 ਸਿੱਖਾਂ ਦੇ ਛੇਵੇਂ ਗੁਰੂ ਕੌਣ ਸਨ ਹਾਂਜੀ ਹੁਣ ਆਪਣੇ ਕੋਲ ਚਾਰ ਆਪਸ਼ਨ ਆ ਜਾਂਦੀਆਂ ਨੇ ਜਿਨ੍ਹਾਂ ਵਿੱਚੋਂ ਸਹੀ ਆਂਸਰ ਹੈ ਉੜਾ ਸਿੱਖਾਂ ਦੇ ਛੇਵੇਂ ਗੁਰੂ ਗੁਰੂ ਹਰਗੋਬਿੰਦ ਸਿੰਘ ਜੀ ਸਨ ਕਵੈਸਚਨ ਨੰਬਰ 2 ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਕਦੋਂ ਹੋਇਆ ਸੀ ਹਾਂਜੀ ਹੁਣ ਆਪਣੇ ਕੋਲ ਚਾਰ ਆਪਸ਼ਨ ਆ ਜਾਂਦੀਆਂ ਨੇ ਜਿਨ੍ਹਾਂ ਵਿੱਚੋਂ ਸਹੀ ਆਂਸਰ ਹੈ ਆੜਾ ਗੁਰੂ ਅਰਗਵਿੰਦ ਸਾਹਿਬ ਜੀ ਦਾ ਜਨਮ 1595 ਵਿੱਚ ਹੋਇਆ ਸੀ। ਕੁਐਸਚਨ ਨੰਬਰ 3rd ਗੁਰੂ ਅਰਗਵਿੰਦ ਸਾਹਿਬ ਜੀ ਦਾ ਜਨਮ ਕਿੱਥੇ ਹੋਇਆ ਸੀ? ਹਾਂਜੀ ਹੁਣ ਆਪਣੇ ਕੋਲ ਚਾਰ ਆਪਸ਼ਨ ਆ ਜਾਂਦੀਆਂ ਨੇ ਜਿਨ੍ਹਾਂ ਵਿੱਚੋਂ ਸਹੀ ਆਨਸਰ ਹੈ ਈੜੀ ਗੁਰੂ ਅਰਗਵਿੰਦ ਸਿੰਘ ਜੀ ਦਾ ਜਨਮ ਬਡਾਲੀ ਵਿੱਚ ਹੋਇਆ ਸੀ। ਕੁਐਸਚਨ ਨੰਬਰ 4th ਪਿੰਡ ਬਡਾਲੀ ਕਿੱਥੇ ਸਥਿਤ ਹੈ? ਹਾਂਜੀ ਹੁਣ ਆਪਣੇ ਕੋਲ ਚਾਰ ਆਪਸ਼ਨ ਆ ਗਈਆਂ ਜਿਨ੍ਹਾਂ ਵਿੱਚੋਂ ਸਹੀ ਆਨਸਰ ਹੈ ਸੱਸਾ। ਪਿੰਡ ਵਿਡਾਲੀ ਅੰਮ੍ਰਿਤਸਰ ਵਿੱਚ ਸਥਿਤ ਹੈ। ਕੁਐਸਚਨ ਨੰਬਰ 5 ਗੁਰੂ ਹਰਿ ਗੋਬਿੰਦ ਜੀ ਦੇ ਪਿਤਾ ਦਾ ਨਾਮ ਕੀ ਸੀ? ਹਾਂਜੀ, ਹੁਣ ਆਪਣੇ ਕੋਲ ਚਾਰ ਆਪਸ਼ਨ ਆ ਗਈਆਂ ਜਿਨ੍ਹਾਂ ਵਿੱਚੋਂ ਸਹੀ ਆਨਸਰ ਹੈ ਉੜਾ ਗੁਰੂ ਹਰਿ ਗੋਬਿੰਦ ਜੀ ਦੇ ਪਿਤਾ ਦਾ ਨਾਮ ਗੁਰੂ ਅਰਜਨ ਦੇਵ ਜੀ ਹੈ। ਕੁਐਸਚਨ ਨੰਬਰ 6 ਗੁਰੂ ਹਰਿ ਗੋਬਿੰਦ ਜੀ ਦੀ ਮਾਤਾ ਦਾ ਨਾਮ ਕੀ ਸੀ? ਹਾਂਜੀ, ਹੁਣ ਆਪਣੇ ਕੋਲ ਚਾਰ ਆਪਸ਼ਨ ਆ ਗਈਆਂ ਜਿਨ੍ਹਾਂ ਵਿੱਚੋਂ ਸਹੀ ਆਨਸਰ ਹੈ ਆੜਾ ਗੁਰੂ ਹਰਿ ਗੋਬਿੰਦ ਜੀ ਦੀ ਮਾਤਾ ਦਾ ਨਾਮ ਗੰਗਾ ਦੇਵੀ ਸੀ। ਕਵੈਸਚਨ ਨੰਬਰ 7th ਗੁਰੂ ਹਰੀ ਗੋਬਿੰਦ ਸਾਹਿਬ ਜੀ ਨੂੰ ਮਾਰਨ ਦੀ ਕੋਸ਼ਿਸ਼ ਕਿਸ ਦੁਆਰਾ ਕੀਤੀ ਗਈ ਸੀ? ਹਾਂਜੀ ਹੁਣ ਆਪਣੇ ਕੋਲ ਚਾਰੋਂ ਆਪਸ਼ਨ ਆ ਗਈਆਂ ਜਿਨ੍ਹਾਂ ਵਿੱਚੋਂ ਸਹੀ ਆਨਸਰ ਹੈ ਈ ਧੀ ਪ੍ਰੀਤੀ ਚੰਦ ਨੇ ਗੁਰੂ ਹਰੀ ਗੋਬਿੰਦ ਸਾਹਿਬ ਜੀ ਨੂੰ ਮਾਰਨ ਦੀ ਬਹੁਤ ਵਾਰ ਕੋਸ਼ਿਸ਼ ਕੀਤੀ ਸੀ। ਕਵੈਸਚਨ ਨੰਬਰ 8th ਗੁਰੂ ਹਰੀ ਗੋਬਿੰਦ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਤੋਂ ਕਿਹੜੀ-ਕਿਹੜੀ ਸਿੱਖਿਆ ਪ੍ਰਾਪਤ ਕੀਤੀ ਸੀ? ਹਾਂਜੀ ਹੁਣ ਆਪਣੇ ਕੋਲ ਚਾਰੋਂ ਆਪਸ਼ਨ ਆ ਗਈਆਂ ਜਿਨ੍ਹਾਂ ਵਿੱਚੋਂ ਸਹੀ ਆਨਸਰ ਹੈ ਸਸਾ ਧਾਰਮਿਕ ਸਿੱਖਿਆ ਕੋਰਸਵਾਰੀ ਸ਼ਾਸਤ੍ਰ ਵਿਦਿਆ ਗੁਰੂ ਹਰੀ ਗੋਬਿੰਦ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਤੋਂ ਸਿੱਖਿਆ ਸਨ ਕੁਐਸਚਨ ਨੰਬਰ 9 ਗੁਰੂ ਹਰੀ ਗੋਬਿੰਦ ਜੀ ਦੀਆਂ ਕਿੰਨੀਆਂ ਪਤਨੀਆਂ ਸਨ ਹਾਂਜੀ ਹੁਣ ਆਪਣੇ ਕੋਲ ਚਾਰ ਆਪਸ਼ਨ ਆ ਗਈਆਂ ਜੀਨਾਂ ਵਿੱਚ ਸਹੀ ਆਨਸਰ ਹੈ ਉੜਾ 3 ਗੁਰੂ ਹਰੀ ਗੋਬਿੰਦ ਸਿੰਘ ਜੀ ਦੀਆਂ ਤਿੰਨ ਪਤਨੀਆਂ ਸਨ ਕੁਐਸਚਨ ਨੰਬਰ 10 ਗੁਰੂ ਹਰੀ ਗੋਬਿੰਦ ਸਾਹਿਬ ਜੀ ਦੀਆਂ ਪਤਨੀਆਂ ਦੇ ਨਾਮ ਦੱਸੋ ਹਾਂਜੀ ਹੁਣ ਆਪਣੇ ਕੋਲ ਚਾਰ ਆਪਸ਼ਨ ਆ ਗਈਆਂ ਜਿਨ੍ਹਾਂ ਵਿੱਚੋਂ ਰਾਈਟ ਆਨਸਰ ਹੈ ਸੱਸਾ ਮਾਤਾ ਦਮੋਦਰੀ ਮਾਤਾ ਮਾਇਆ ਦੇਵੀ ਮਾਤਾ ਨਾਨਕੀ ਗੁਰੂ ਹਰੀ ਗੋਵਿੰਦ ਜੀ ਦੀਆਂ ਪਤਨੀਆਂ ਸਨ ਮਾਤਾ ਦਮੋਦਰੀ ਮਾਤਾ ਮਾਇਆ ਦੇਵੀ ਮਾਤਾ ਨਾਨਕੀ ਗੁਰੂ ਹਰੀ ਗੋਵਿੰਦ ਜੀ ਦੀਆਂ ਪਤਨੀਆਂ ਸਨ ਕੁਐਸਚਨ ਨੰਬਰ 11 ਗੁਰੂ ਹਰੀ ਗੋਵਿੰਦ ਸਾਹਿਬ ਜੀ ਦੇ ਮਾਤਾ ਮਾਇਆ ਦੇਵੀ ਤੋਂ ਕਿਹੜੇ ਬੱਚੇ ਸਨ ਹਾਂਜੀ ਹੁਣ ਆਪਣੇ ਕੋਲ ਚਾਰ ਆਪਸ਼ਨ ਆ ਗਈਆਂ ਚੀਨਾਂ ਵਿੱਚੋਂ ਰਾਈਟ ਆਨਸਰ ਹੈ ਈਡੀ ਸੂਰਜਮਲ ਅਤੇ ਅਟਲ ਰਾਹੀਂ ਮਾਤਾ ਮਾਇਆ ਦੇਵੀ ਤੋਂ ਗੁਰੂ ਹਰੀ ਗੋਬਿੰਦ ਸਾਹਿਬ ਜੀ ਦੇ ਦੋ ਬੱਚੇ ਸਨ ਕੁਐਸਚਨ ਨੰਬਰ 12th ਗੁਰੂ ਹਰੀ ਗੋਬਿੰਦ ਜੀ ਦੇ ਮਾਤਾ ਦੇ ਮੋਦਰੀ ਤੋਂ ਕਿਹੜੇ ਬੱਚੇ ਸਨ ਹਾਂਜੀ ਹੁਣ ਆਪਣੇ ਕੋਲ ਚਾਰ ਆਪਸ਼ਨ ਆ ਗਈਆਂ ਚੀਨਾਂ ਵਿੱਚੋਂ ਸਹੀ ਆਨਸਰ ਹੈ ਈਡੀ ਗੁਰਦੀਤਾ ਅਤੇ ਅਨੀਰਾਏ ਗੁਰੂ ਹਰੀ ਗੋਬਿੰਦ ਜੀ ਦੇ ਮਾਤਾ ਦੇ ਮੋਦਰੀ ਤੋਂ ਬੱਚੇ ਸਨ ਕਵੈਸਚਨ ਨੰਬਰ 13 ਗੁਰੂ ਹਰੀ ਗੋਬਿੰਦ ਸਾਹਿਬ ਜੀ ਦੀ ਮਾਤਾ ਨਾਨਕੀ ਤੋਂ ਕਿਹੜੇ ਬੱਚੇ ਸਨ ਹਾਂਜੀ ਹੁਣ ਆਪਣੇ ਕੋਲ ਚਾਰ ਆਪਸ਼ਨ ਆ ਗਈਆਂ ਜਿਨ੍ਹਾਂ ਵਿੱਚ ਸਹੀ ਆਨਸਰ ਹੈ ਉੜਾ ਤੇਗ ਬਹਾਦਰ ਗੁਰੂ ਹਰੀ ਗੋਬਿੰਦ ਸਾਹਿਬ ਜੀ ਦੇ ਮਾਤਾ ਨਾਨਕੀ ਤੋਂ ਬੱਚੇ ਸਨ ਕਵੈਸਚਨ ਨੰਬਰ 14 ਗੁਰੂ ਹਰੀ ਗੋਬਿੰਦ ਜੀ ਦੀ ਪੁੱਤਰੀ ਦਾ ਨਾਮ ਕੀ ਸੀ ਹਾਂਜੀ ਹੁਣ ਆਪਣੇ ਕੋਲ ਚਾਰ ਆਪਸ਼ਨ ਆ ਗਈਆਂ ਜਿਨ੍ਹਾਂ ਵਿੱਚ ਸਹੀ ਆਨਸਰ ਹੈ ਆੜਾ ਬੀਬੀ ਵੀਰੋ ਗੁਰੂ ਹਰੀ ਗੋਵਿੰਦ ਸਾਹਿਬ ਜੀ ਦੀ ਬੁੱਤਰੀ ਸੀ ਕੁਐਸਚਨ ਨੰਬਰ 15 ਗੁਰੂ ਹਰੀ ਗੋਵਿੰਦ ਸਾਹਿਬ ਜੀ ਨੂੰ ਗੁਰਗੱਦੀ ਦੀ ਪ੍ਰਾਪਤੀ ਕਿੰਨੀ ਉਮਰ ਵਿੱਚ ਹੋਈ ਸੀ ਹਾਂਜੀ ਹੁਣ ਆਪਣੇ ਕੋਲ ਚਾਰ ਆਪਸ਼ਨ ਆ ਜਾਂਦੀਆਂ ਨੇ ਜਿਨ੍ਹਾਂ ਵਿੱਚੋਂ ਸਹੀ ਅਨਸਰ ਹੈ ਈੜੀ ਗੁਰੂ ਹਰੀ ਗੋਵਿੰਦ ਸਾਹਿਬ ਜੀ ਨੂੰ ਗੁਰਗੱਦੀ ਦੀ ਪ੍ਰਾਪਤੀ 11 ਸਾਲ ਦੀ ਉਮਰ ਵਿੱਚ ਹੋਈ ਸੀ ਕੁਐਸਚਨ ਨੰਬਰ 16 ਗੁਰੂ ਹਰੀ ਗੋਵਿੰਦ ਜੀ ਨੂੰ ਗੁਰਗੱਦੀ ਦੀ ਪ੍ਰਾਪਤੀ ਕਦੋਂ ਹੋਈ ਸੀ ਹਾਂਜੀ ਹੁਣ ਆਪਣੇ ਕੋਲ ਚਾਰ ਆਪਸ਼ਨ ਆ ਜਾਂਦੀਆਂ ਨੇ ਜਿਨ੍ਹਾਂ ਵਿੱਚ ਸਹੀ ਆਨਸਰ ਹੈ ਸਸਾ ਗੁਰੂ ਹਰੀ ਗੋਬਿੰਦ ਸਾਹਿਬ ਜੀ ਨੂੰ ਗੁਰਗੱਦੀ ਦੀ ਪ੍ਰਾਪਤੀ 1606 ਵਿੱਚ ਹੋਈ ਸੀ ਕੁਐਸਚਨ ਨੰਬਰ 17 ਕਰੋ ਅਰਜਨਦੇਵ ਜੀ ਨੇ ਗੁਰੂ ਹਰੀ ਗੋਬਿੰਦ ਜੀ ਨੂੰ ਗੁਰਗੱਦੀ ਦੇ ਕੇ ਆਪ ਕਿੱਥੇ ਚਲੇ ਗਏ ਸਨ ਹਾਂਜੀ ਹੁਣ ਆਪਣੇ ਕੋਲ ਚਾਰ ਆਪਸ਼ਨ ਆ ਜਾਂਦੀਆਂ ਨੇ ਜਿਨ੍ਹਾਂ ਵਿੱਚ ਸਹੀ ਆਨਸਰ ਹੈ ਊੜਾ ਗੁਰੂ ਅਰਜਨ ਦੇਵ ਜੀ ਗੁਰੂ ਹਰੀ ਗੋਬਿੰਦ ਜੀ ਨੂੰ ਗੁਰਗੱਦੀ ਦੇ ਕੇ ਆਪ ਲੋਹਰ ਚਲੇ ਗਏ ਸਨ ਕੁਐਸਚਨ ਨੰਬਰ 18 ਗੁਰੂ ਹਰੀ ਗੋਬਿੰਦ ਸਾਹਿਬ ਜੀ ਦਾ ਕਾਰਜਕਾਲ ਕਿੰਨਾ ਰਿਹਾ ਹੈ ਹਾਂਜੀ ਹੁਣ ਆਪਣੇ ਕੋਲ ਚਾਰ ਆਪਸ਼ਨ ਆਏ ਆਂਦੇ ਨੇ ਜਿਨ੍ਹਾਂ ਵਿੱਚੋਂ ਸਹੀ ਆਨਸਰ ਹੈ ਆੜਾ 1606 ਤੋਂ 1643 ਤੱਕ ਕੁਐਸਚਨ ਨੰਬਰ 19 ਸ਼੍ਰੀ ਗੁਰੂ ਹਰਿ ਗੋਵਿੰਦ ਸਾਹਿਬ ਜੀ ਨੂੰ ਕਿਸ ਕਰਕੇ ਜਾਣਿਆ ਜਾਂਦਾ ਹੈ ਹਾਂ ਜੀ ਹੁਣ ਆਪਣੇ ਕੋਲ ਚਾਰ ਆਪਸ਼ਨ ਆ ਗਏ ਜੀਨਾਂ ਵਿੱਚੋਂ ਸਹੀ ਆਨਸਰ ਹੈ ਈਡੀ ਸ਼੍ਰੀ ਗੁਰੂ ਹਰੀ ਗੋਵਿੰਦ ਜੀ ਨੂੰ ਨਵੀਂ ਨੀਤੀ ਦੇ ਕਾਰਨ ਜਾਣਿਆ ਜਾਂਦਾ ਹੈ ਕੁਐਸਚਨ ਨੰਬਰ 20th ਸ਼੍ਰੀ ਗੁਰੂ ਹਰੀ ਗੋਵਿੰਦ ਜੀ ਨੇ ਕਿਹੜੀ ਤਲਵਾਰ ਧਾਰਨ ਕੀਤੀ ਸੀ ਹਾਂ ਜੀ ਹੁਣ ਆਪਣੇ ਕੋਲ ਚਾਰ ਆਪਸ਼ਨ ਆ ਜਾਂਦੇ ਨੇ ਜੀਨਾਂ ਵਿੱਚੋਂ ਰਾਈਟ ਆਨਸਰ ਹੈ ਈਡੀ ਸ਼੍ਰੀ ਗੁਰੂ ਅਰਿਗੋਵਿੰਦੇ ਨੇ ਮੀਰੀ ਅਤੇ ਪੀਰੀ ਨਾਮਕ ਦੋ ਤਲਵਾਰਾਂ ਧਾਰਨ ਕੀਤੀਆਂ। ਹਾਂਜੀ, ਕੁਐਸਚਨ ਨੰਬਰ 21 ਮੀਰੀ ਤੋਂ ਕੀ ਭਾਵ ਹੈ? ਹਾਂਜੀ। ਹੁਣ ਆਪਣੇ ਕੋਲ ਚਾਰੋ ਆਪਸ਼ਨ ਆ ਗਈਆਂ ਜਿਨ੍ਹਾਂ ਵਿੱਚੋਂ ਸਹੀ ਆਂਸਰ ਹੈ ਉੜਾ ਮੀਰੀ ਤੋਂ ਪਾਪ ਦੁਨੀਆਵਾਦੀ ਸત્તા ਸੀ। ਕੁਐਸਚਨ ਨੰਬਰ 21 ਪੀਰੀ ਤੋਂ ਕੀ ਭਾਵ ਹੈ? ਹਾਂਜੀ। ਹੁਣ ਆਪਣੇ ਕੋਲੇ ਚਾਰੋ ਆਪਸ਼ਨ ਆ ਗਈਆਂ ਜਿਨ੍ਹਾਂ ਵਿੱਚੋਂ ਸਹੀ ਆਂਸਰ ਹੈ ਆੜਾ ਧਾਰਮਿਕ ਕਵੈਸਚਨ ਨੰਬਰ 23 ਸ੍ਰੀ ਗੁਰੂ ਹਰੀ ਗੋਬਿੰਦ ਸਾਹਿਬ ਜੀ ਦੇ ਪਠਾਨ ਫੌਜ ਦਾ ਮੁਖੀ ਕਿਸ ਨੂੰ ਬਣਾਇਆ ਸੀ ਹਾਂਜੀ ਹੁਣ ਆਪਣੇ ਕੋਲ ਚਾਰ ਆਪਸ਼ਨ ਆ ਗਈਆਂ ਜਿਨ੍ਹਾਂ ਵਿੱਚੋਂ ਰਾਈਟ ਆਨਸਰ ਹੈ ਈ ਡੀ ਪੈਂਦਾਖਾਹ ਸ੍ਰੀ ਗੁਰੂ ਹਰੀ ਗੋਬਿੰਦ ਜੀ ਨੇ ਪਠਾਨ ਫੌਜ ਦਾ ਮੁਖੀ ਪੈਂਦਾਖਾਹ ਨੂੰ ਬਣਾਇਆ ਸੀ ਕਵੈਸਚਨ ਨੰਬਰ 24 ਸ੍ਰੀ ਗੁਰੂ ਹਰੀ ਗੋਬਿੰਦ ਜੀ ਨੇ ਕਿਸ ਦਾ ਨਿਰਮਾਨ ਕਰਵਾਇਆ ਸੀ ਹਾਂਜੀ ਹੁਣ ਆਪਣੇ ਕੋਲ ਚਾਰ ਆਪਸ਼ਨ ਆ ਗਈਆਂ ਜਿਨ੍ਹਾਂ ਵਿੱਚੋਂ ਸਹੀ ਆਨਸਰ ਹੈ ਸਸਾ ਸ਼੍ਰੀ ਗੁਰੂ ਹਰਿ ਗੋਬਿੰਦ ਜੀ ਨੇ ਅਕਾਲ ਤਖਤ ਦਾ ਨਿਰਮਾਣ ਕਰਵਾਇਆ ਸੀ ਕੁਐਸਚਨ ਨੰਬਰ 25 ਅਕਾਲ ਤਖਤ ਹਰਮੰਦਰ ਸਾਹਿਬ ਦੀ ਕਿਹੜੀ ਦਿਸ਼ਾ ਵਿੱਚ ਬਣਿਆ ਹੋਇਆ ਹੈ ਹਾਂਜੀ ਹੁਣ ਆਪਣੇ ਕੋਲ ਚਾਰ ਆਪਸ਼ਨ ਆ ਜਾਂਦੀਆਂ ਨੇ ਜਿਨ੍ਹਾਂ ਵਿੱਚੋਂ ਰਾਈਟ ਆਨਸਰ ਹੈ ਉੜਾ ਅਕਾਲ ਤਖਤ ਹਰਮੰਦਰ ਸਾਹਿਬ ਦੀ ਪੱਛਮ ਦਿਸ਼ਾ ਵਿੱਚ ਬਣਿਆ ਹੋਇਆ ਹੈ ਕੁਐਸਚਨ ਨੰਬਰ 26 ਸ਼੍ਰੀ ਗੁਰੂ ਹਰਿ ਗੋਬਿੰਦ ਸਾਹਿਬ ਨੇ ਅਕਾਲ ਤਖਤ ਦਾ ਕੰਮ ਕਦੋਂ ਸ਼ੁਰੂ ਕਰਵਾਇਆ ਸੀ ਹਾਂਜੀ ਹੁਣ ਆਪਣੇ ਕੋਲੇ ਚਾਰ ਆਪਸ਼ਨ ਆ ਜਾਂਦੀਆਂ ਨੇ ਜਿਨ੍ਹਾਂ ਵਿੱਚੋਂ ਸਹੀ ਆਨਸਰ ਹੈ ਆੜਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਅਕਾਲ ਤਖਤ ਦਾ ਕੰਮ 1606 ਵਿੱਚ ਸ਼ੁਰੂ ਕਰਵਾਇਆ ਸੀ ਕੁਐਸਚਨ ਨੰਬਰ 27 ਅਕਾਲ ਤਖਤ ਦਾ ਕੰਮ ਕਦੋਂ ਪੂਰਾ ਹੋਇਆ ਹਾਂ ਹਾਂਜੀ ਹੁਣ ਆਪਣੇ ਕੋਲ ਚਾਰ ਆਪਸ਼ਨ ਆ ਜਾਂਦੀਆਂ ਨੇ ਜਿਨ੍ਹਾਂ ਵਿੱਚੋਂ ਸਹੀ ਆਨਸਰ ਹੈ ਈਡੀ ਅਕਾਲ ਤਖਤ ਦਾ ਕੰਮ 1609 ਈਸਵੀ ਵਿੱਚ ਪੂਰਾ ਹੋਇਆ ਸੀ ਕੁਐਸਚਨ ਨੰਬਰ 28 ਸ਼੍ਰੀ ਗੁਰੂ ਹਰੀ ਗੋਬਿੰਦ ਸਾਹਿਬ ਜੀ ਦੇ ਦਰਬਾਰ ਦੇ ਦੋ ਪ੍ਰਸਿੱਧ ਢਾਡੀਆਂ ਦੇ ਨਾਮ ਦੱਸੋ ਹਾਂਜੀ ਹੁਣ ਆਪਣੇ ਕੋਲ ਚਾਰ ਆਪਸ਼ਨ ਆ ਗਈਆਂ ਜਿਨ੍ਹਾਂ ਵਿੱਚੋਂ ਸਹੀ ਆਨਸਰ ਹੈ ਈੜੀ ਨੱਥੂ ਮਨਤ ਤੇ ਅਬਦੁੱਲਾ ਸ਼੍ਰੀ ਗੁਰੂ ਹਰੀ ਗੋਬਿੰਦ ਸਾਹਿਬ ਜੀ ਦੇ ਦਰਬਾਰ ਦੇ ਦੋ ਪ੍ਰਸਿੱਧ ਢਾਡੀ ਹੋਏ ਹਨ ਕੁਐਸਚਨ ਨੰਬਰ 29 ਸ਼੍ਰੀ ਗੁਰੂ ਹਰੀ ਗੋਬਿੰਦ ਸਾਹਿਬ ਨੇ ਕਿੰਨਿਆਂ ਅੰਗ ਰੱਖਿਆ ਕਰਖਿਓਏ ਸਨ ਹਾਂਜੀ ਹੁਣ ਆਪਣੇ ਕੋਲ ਚਾਰ ਆਪਸ਼ਨ ਆ ਗਈਆਂ ਜਿਨ੍ਹਾਂ ਵਿੱਚੋਂ ਰਾਈਟ ਆਨਸਰ ਹੈ ਊੜਾ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ 52 ਅੰਗ ਰੱਖੇ ਰੱਖੇ ਹੋਏ ਸਨ ਕੁਐਸਚਨ ਨੰਬਰ 13 ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਦਰਬਾਰ ਦੇ ਪ੍ਰਸਿੱਧ ਡਾਡੀ ਕੀ ਗਾਇਆ ਕਰਦੇ ਸਨ ਹਾਂਜੀ ਹੁਣ ਆਪਣੇ ਕੋਲ ਚਾਰ ਆਪਸ਼ਨ ਆ ਗਈਆਂ ਜਿਨ੍ਹਾਂ ਵਿੱਚੋਂ ਰਾਈਟ ਆਨਸਰ ਹੈ ਆੜਾ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਦਰਬਾਰ ਦੇ ਪ੍ਰਸਿੱਧ ਡਾਡੀ 12 ਗਾਇਆ ਕਰਦੇ ਸਨ ਕਵੈਸਚਨ ਨੰਬਰ 31 ਸ੍ਰੀ ਗੁਰੂ ਹਰੀ ਗੋਬਿੰਦ ਸਾਹਿਬ ਜੀ ਤੋਂ ਪਹਿਲਾਂ ਹੋਣ ਵਾਲੇ ਗੁਰੂ ਸਾਹਿਬਾਂ ਜੋ ਮਾਲਾ ਪਹਿਨਦੇ ਸਨ ਉਹਨਾਂ ਨੂੰ ਕੀ ਕਿਹਾ ਜਾਂਦਾ ਸੀ ਹਾਂਜੀ ਹੁਣ ਆਪਣੇ ਕੋਲ ਚਾਰ ਆਪਸ਼ਨ ਆ ਗਈਆਂ ਜਿਨ੍ਹਾਂ ਵਿੱਚੋਂ ਸਹੀ ਆਨਸਰ ਹੈ ਈ ੜੀ ਸੇਲੀ ਕਵੈਸਚਨ ਨੰਬਰ 32 ਸ੍ਰੀ ਗੁਰੂ ਹਰੀ ਗੋਬਿੰਦ ਸਾਹਿਬ ਜੀ ਨੂੰ ਸ਼ਰਧਾਲੂ ਕੀ ਕਹਿ ਕੇ ਬੁਲਾਉਂਦੇ ਸਨ ਹਾਂਜੀ ਹੁਣ ਆਪਣੇ ਕੋਲ ਚਾਰ ਆਪਸ਼ਨ ਆ ਗਈਆਂ ਜਿਨ੍ਹਾਂ ਵਿੱਚੋਂ ਰਾਈਟ ਆਨਸਰ ਹੈ ਸਸਾ ਸੱਚਾ ਪਾਤਸ਼ਾਹ ਸ਼੍ਰੀ ਗੁਰੂ ਹਰੀ ਗੋਬਿੰਦ ਸਾਹਿਬ ਜੀ ਨੂੰ ਸ਼ਰਦਾਲੂ ਕਿਹਾ ਕਰਦੇ ਸਨ ਕੁਐਸਚਨ ਨੰਬਰ 33 ਸ਼੍ਰੀ ਗੁਰੂ ਹਰੀ ਗੋਬਿੰਦ ਸਾਹਿਬ ਜੀ ਨੇ ਸੇਲੀ ਨੂੰ ਛੱਡ ਕੇ ਕੀ ਤਾਰਨ ਕੀਤਾ ਸੀ ਹਾਂਜੀ ਹੁਣ ਆਪਣੇ ਕੋਲ ਚਾਰ ਆਪਸ਼ਨ ਆ ਜਾਂਦੀਆਂ ਨੇ ਜਿਨ੍ਹਾਂ ਵਿੱਚੋਂ ਰਾਈਟ ਆਨਸਰ ਹੈ ਈੜੀ ਮੀਰੀ ਅਤੇ ਪੀਰੀ ਨਾਮ ਦੀਆਂ ਦੋ ਤਲਵਾਰਾਂ ਗੁਰੂ ਹਰੀ ਗੋਬਿੰਦ ਸਾਹਿਬ ਜੀ ਨੇ ਸੇਲੀ ਨੂੰ ਛੱਡ ਕੇ ਤਾਰਨ ਕੀਤੀਆਂ ਸਨ ਕੁਐਸਚਨ ਨੰਬਰ 34 ਸ਼੍ਰੀ ਗੁਰੂ ਹਰੀ ਗੋਬਿੰਦ ਸਾਹਿਬ ਜੀ ਦੇ ਸਮੇਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਹਾਂਜੀ ਹੁਣ ਆਪਣੇ ਕੋਲ ਚਾਰ ਆਪਸ਼ਨ ਆਈਆਂ ਨੇ ਜਿਨ੍ਹਾਂ ਵਿੱਚ ਸਹੀ ਅਨਸਰ ਹੈ ਆੜਾ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ ਕਾਲ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਸੀ ਕੁਐਸਚਨ ਨੰਬਰ 35 ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਨੂੰ ਕਿਸ ਮੁਗਲ ਬਾਦਸ਼ਾਹ ਨੇ ਕਿੱਥੇ ਬੁਲਾਇਆ ਸੀ ਹਾਂਜੀ ਹੁਣ ਆਪਣੇ ਕੋਲ ਚਾਰ ਆਪਸ਼ਨ ਆਈਆਂ ਨੇ ਜਿਨ੍ਹਾਂ ਵਿੱਚ ਸਹੀ ਅਨਸਰ ਹੈ ਆੜਾ ਜਹਾਂਗੀਰ ਨੇ ਦਿੱਲੀ ਕੁਐਸਚਨ ਨੰਬਰ 36 ਜਾਗੀ ਨੇ ਸ਼੍ਰੀ ਗੁਰੂ ਹਰੀ ਗੋਬਿੰਦ ਸਾਹਿਬ ਜੀ ਨੂੰ ਕਿੱਥੇ ਗ੍ਰਿਫਤਾਰ ਕਰਕੇ ਰੱਖਿਆ ਸੀ ਹਾਂਜੀ ਹੁਣ ਆਪਣੇ ਕੋਲ ਚਾਰ ਆਪਸ਼ਨ ਆ ਗਈਆਂ ਜਿਨ੍ਹਾਂ ਵਿੱਚੋਂ ਰਾਈਟ ਆਨਸਰ ਹੈ ਸਸਾ ਜਾਗੀ ਨੇ ਸ਼੍ਰੀ ਗੁਰੂ ਹਰੀ ਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਗ੍ਰਿਫਤਾਰ ਕਰਕੇ ਰੱਖਿਆ ਹੋਇਆ ਸੀ ਕੁਐਸਚਨ ਨੰਬਰ 37 ਜਹਾਂਗੀਰ ਨੇ ਗਵਾਲੀਅਰ ਦੇ ਕਿਲੇ ਵਿੱਚ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਨੂੰ ਕਿੰਨੇ ਸਮੇਂ ਲਈ ਗ੍ਰਿਫਤਾਰ ਕਰਕੇ ਰੱਖਿਆ ਸੀ ਹਾਂਜੀ ਹੁਣ ਆਪਣੇ ਕੋਲ ਚਾਰ ਆਪਸ਼ਨ ਆ ਜਾਂਦੀਆਂ ਨੇ ਜਿਨ੍ਹਾਂ ਵਿੱਚੋਂ ਸਹੀ ਆਨਸਰ ਹੈ ਉੜਾ ਜਹਾਂਗੀਰ ਨੇ ਗਵਾਲੀਅਰ ਦੇ ਕਿਲੇ ਵਿੱਚ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਨੂੰ 2 ਸਾਲ ਲਈ ਗ੍ਰਿਫਤਾਰ ਕਰਕੇ ਰੱਖਿਆ ਸੀ ਕੁਐਸਚਨ ਨੰਬਰ 38 ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਦਾ ਵਿਰੋਧ ਕਿਸ ਨੇ ਜਹਾਂਗੀਰ ਕੋਲ ਕੀਤਾ ਜਿਸ ਕਰਕੇ ਜਹਾਂਗੀਰ ਨੇ ਗੁਰੂ ਜੀ ਨੂੰ ਗ੍ਰਿਫਤਾਰ ਕਰ ਲਿਆ ਹਾਂਜੀ ਹੁਣ ਆਪਣੇ ਕੋਲ ਚਾਰੋ ਆਪਸ਼ਨ ਆ ਜਾਂਦੀਆਂ ਨੇ ਜਿਨ੍ਹਾਂ ਵਿੱਚੋਂ ਸਹੀ ਆਨਸਰ ਹੈ ਊੜਾ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਦਾ ਵਿਰੋਧ ਚੰਦੂ ਸ਼ਾਹ ਨੇ ਕੀਤਾ ਜਹਾਗੀਰ ਖਾਨ ਜਿਸ ਕਰਕੇ ਜਹਾਗੀਰ ਨੇ ਗੁਰੂ ਜੀ ਨੂੰ ਗ੍ਰਿਫਤਾਰ ਕਰ ਲਿਆ ਸੀ ਕੁਐਸਚਨ ਨੰਬਰ 39 ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ ਪਹਿਲੇ ਘਲ ਦਾ ਸਮਾ ਕੀ ਸੀ ਹਾਂਜੀ ਹੁਣ ਆਪਣੇ ਕੋਲ ਚਾਰੋ ਆਪਸ਼ਨ ਆ ਜਾਂਦੀਆਂ ਨੇ ਜਿਨ੍ਹਾਂ ਵਿੱਚੋਂ ਰਾਈਟ ਆਨਸਰ ਹੈ ਊੜਾ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਦਾ ਪਹਿਲੇ ਕਾਲ ਦਾ ਸਮਾਂ 1606 ਤੋਂ 1627 ਤੱਕ ਰਿਹਾ ਸੀ। ਕੁਐਸਚਨ ਨੰਬਰ 14 ਗੁਰੂ ਹਰੀ ਗੋਬਿੰਦ ਸਾਹਿਬ ਜੀ ਜਿਸ ਸਮੇਂ ਜਹਾਂਗੀਰ ਦੀ ਕੈਦ ਵਿੱਚ ਰਿਹਾ ਹੋ ਕੇ ਆਏ ਉਹਨਾਂ ਨੇ ਕਿੰਨੇ ਹੋਰ ਰਾਜਿਆਂ ਨੂੰ ਰਿਹਾ ਕਰਵਾਇਆ ਸੀ? ਹਾਂਜੀ, ਹੁਣ ਆਪਣੇ ਕੋਲ ਚਾਰ ਆਪਸ਼ਨ ਆ ਜਾਂਦੀਆਂ ਨੇ ਜਿਨ੍ਹਾਂ ਵਿੱਚੋਂ ਰਾਈਟ ਆਂਸਰ ਹੈ ਉੜਾ ਗੁਰੂ ਹਰੀ ਗੋਬਿੰਦ ਸਾਹਿਬ ਜੀ ਨੂੰ ਜਿਸ ਸਮੇਂ ਜਹਾਂਗੀਰ ਦੀ ਕੈਦ ਵਿੱਚ ਰਿਹਾ ਹੋ ਕੇ ਆਏ ਤਾਂ ਉਹ ਉਸ ਸਮੇਂ ਆਪਣੇ ਨਾਲ 52 ਰਾਜਿਆਂ ਨੂੰ ਰਿਹਾ ਕਰਕੇ ਲਿਆਏ ਸਨ। ਕਵੈਸਚਨ ਨੰਬਰ 41 ਇਹਨਾਂ ਰਾਜਿਆਂ ਨੂੰ ਛਡਾਉਣ ਦੀ ਖੁਸ਼ੀ ਵਿੱਚ ਗੁਰੂ ਜੀ ਦੇ ਸ਼ਰਧਾਲੂਆਂ ਨੇ ਉਹਨਾਂ ਨੂੰ ਕਿਹੜੀ ਉਪਾਧੀ ਦਿੱਤੀ ਸੀ ਹਾਂਜੀ ਹੁਣ ਆਪਣੇ ਕੋਲ ਚਾਰ ਆਪਸ਼ਨ ਆ ਜਾਂਦੀਆਂ ਨੇ ਜਿਨ੍ਹਾਂ ਵਿੱਚੋਂ ਸਹੀ ਆਂਸਰ ਹੈ ਆੜਾ ਬੰਦੀ ਛੋੜ ਬਾਬਾ ਰਾਜਿਆਂ ਨੇ ਆਪਣੇ ਆਪ ਨੂੰ ਛਡਾਉਣ ਦੀ ਖੁਸ਼ੀ ਵਿੱਚ ਗੁਰੂ ਜੀ ਨੂੰ ਦਿੱਤੀ ਸੀ ਕਵੈਸਚਨ ਨੰਬਰ 42 ਸ਼੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਦਾ ਦੂਸਰੇ ਕਾਲ ਦਾ ਸਮਾ ਕਿੰਨਾ ਸੀ ਹਾਂਜੀ ਹੁਣ ਆਪਣੇ ਕੋਲ ਚਾਰ ਆਪਸ਼ਨ ਆਇਆਂdੀਆਂ ਨੇ ਜਿਨ੍ਹਾਂ ਵਿੱਚੋਂ ਰਾਈਟ ਆਂਸਰ ਹੈ ਆੜਾ ਸ਼੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਦਾ ਦੂਸਰੇ ਕਾਲ ਦਾ ਸਮਾ 1627 ਤੋਂ 1620 ਤੱਕ ਰਿਹਾ ਸੀ ਕਵੈਸਚਨ ਨੰਬਰ 43 ਸ਼੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ ਦੂਸਰੇ ਕਾਲ ਦੇ ਸਮੇਂ ਕਿਹੜਾ ਮੁਗਲ ਬਾਦਸ਼ਾਹ ਸੀ ਹਾਂਜੀ ਹੁਣ ਆਪਣੇ ਕੋਲ ਚਾਰ ਆਪਸ਼ਨ ਆਈਆਂ ਨੇ ਜਿਨ੍ਹਾਂ ਵਿੱਚੋਂ ਸਹੀ ਆਨਸਰ ਹੈ ਸਾ ਸ਼ਾਜ hạn ਗੁਰੂ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ ਦੂਸਰੇ ਕਾਲ ਸਮੇਂ ਮੁਗਲ ਬਾਦਸ਼ਾਹ ਰਹਾ ਸੀ ਕੁਐਸਚਨ ਨੰਬਰ 44 ਲੋਹਰ ਦੀ बावਲੀ ਨੂੰ ਕਿਸ ਮੁਗਲ ਬਾਦਸ਼ਾਹ ਨੇ ਕਦੋਂ ਗੰਦਗੀ ਨਾਲ ਪ੍ਰਵਾਹ ਦਿੱਤਾ ਸੀ ਹਾਂਜੀ ਹੁਣ ਆਪਣੇ ਕੋਲ ਚਾਰ ਆਪਸ਼ਨ ਆ ਗਈਆਂ ਜਿਨ੍ਹਾਂ ਵਿੱਚੋਂ ਰਾਈਟ ਆਨਸਰ ਹੈ ਸਾ 1628 ਵਿੱਚ ਸ਼ਾਜਾਹ ਨੇ ਲੋਹਰ ਦੀ बावਲੀ ਨੂੰ ਗੰਦਗੀ ਨਾਲ ਪ੍ਰਵਾਹ ਦਿੱਤਾ ਸੀ ਕਵੈਸਚਨ ਨੰਬਰ 45 ਅੰਮ੍ਰਿਤਸਰ ਦੀ ਲੜਾਈ ਕਦੋਂ ਹੋਈ ਸੀ ਹਾਂਜੀ ਹੁਣ ਆਪਣੇ ਕੋਲ ਚਾਰ ਆਪਸ਼ਨ ਆ ਗਈਆਂ ਜਿਨ੍ਹਾਂ ਵਿੱਚੋਂ ਰਾਈਟ ਆਨਸਰ ਹੈ ਊੜਾ ਅੰਮ੍ਰਿਤਸਰ ਦੀ ਲੜਾਈ 1734 ਵਿੱਚ ਹੋਈ ਸੀ ਕਵੈਸਚਨ ਨੰਬਰ 46 ਅੰਮ੍ਰਿਤਸਰ ਦੀ ਲੜਾਈ ਵਿੱਚ ਮੁਗਲਾਂ ਦੇ ਤਰਫੋਂ ਕੌਣ ਲੜਿਆ ਸੀ ਹਾਂਜੀ ਹੁਣ ਆਪਣੇ ਕੋਲ ਚਾਰ ਆਪਸ਼ਨ ਆਇਆਂ ਨੇ ਜਿਨ੍ਹਾਂ ਵਿੱਚੋਂ ਰਾਈਟ ਆਨਸਰ ਸਸਾ ਹੈ ਅੰਮ੍ਰਿਤਸਰ ਦੀ ਲੜਾਈ ਮੁਖਲਿਸ ਖਾਂ ਮੁਗਲਾਂ ਦੇ ਤਰਫੋਂ ਲੜਿਆ ਸੀ ਕਵੈਸਚਨ ਨੰਬਰ 47 ਲਹਿਰਾ ਦੀ ਲੜਾਈ ਕਦੋਂ ਹੋਈ ਸੀ ਹਾਂਜੀ ਹੁਣ ਆਪਣੇ ਕੋਲ ਚਾਰ ਆਪਸ਼ਨ ਆਈਆਂ ਨੇ ਜਿਨ੍ਹਾਂ ਵਿੱਚ ਸਹੀ ਆਨਸਰ ਹੈ ਉੜਾ ਲਹਿਰਾ ਦੀ ਲੜਾਈ 1934 ਵਿੱਚ ਹੋਈ ਸੀ ਕਵੈਸਚਨ ਨੰਬਰ 48 ਅੰਮ੍ਰਿਤਸਰ ਦੀ ਲੜਾਈ ਦਾ ਮੁੱਖ ਕਾਰਨ ਕੀ ਸੀ ਹਾਂਜੀ ਹੁਣ ਆਪਣੇ ਕੋਲ ਚਾਰ ਆਪਸ਼ਨ ਆ ਗਈਆਂ ਨੇ ਜਿਨ੍ਹਾਂ ਵਿੱਚ ਰਾਈਟ ਆਨਸਰ ਹੈ ਉੜਾ ਅੰਮ੍ਰਿਤਸਰ ਦੀ ਲੜਾਈ ਇੱਕ ਬਾਜ਼ ਕਰਕੇ ਹੋਈ ਸੀ ਕਵੈਸਚਨ ਨੰਬਰ 49 ਲਾਰਾ ਦੀ ਲੜਾਈ ਕਿੰਨਾ ਕੋੜਿਆਂ ਦੇ ਕਰਨ ਹੋਈ ਸੀ ਹਾਂਜੀ ਹੁਣ ਆਪਣੇ ਕੋਲ ਚਾਰ ਆਪਸ਼ਨ ਆ ਗਏ ਜਿਨ੍ਹਾਂ ਵਿੱਚੋਂ ਰਾਈਟ ਆਨਸਰ ਹੈ ਈਡੀ ਦਿਲਵਾਗਤ ਬਾਗਨਾਮ ਦੇ ਦੋ ਕੋੜਿਆਂ ਕਰਕੇ ਲਾਰਾ ਦੀ ਲੜਾਈ ਹੋਈ ਸੀ ਕੁਐਸਚਨ ਨੰਬਰ 15 ਦਿਲਵਾਗਤ ਤੇ ਗੁਲਵਾਗ ਕੋੜਿਆਂ ਨੂੰ ਕੌਣ ਲੈ ਕੇ ਆਇਆ ਸੀ ਹਾਂਜੀ ਹੁਣ ਆਪਣੇ ਕੋਲ ਚਾਰ ਆਪਸ਼ਨ ਆਈਆਂ ਨੇ ਜਿਨ੍ਹਾਂ ਵਿੱਚੋਂ ਰਾਈਟ ਆਨਸਰ ਹੈ ਈਡੀ ਮਖਤਮਲ ਅਦ ਤਾਰਾ ਜਨ ਦਿਲਵਾਗ ਤੇ ਗੁਲਵਾਗ ਨਾਮ ਦੇ ਦੋ ਕੋੜਿਆਂ ਨੂੰ ਅਰਬ ਤੋਂ ਲੈ ਕੇ ਆਏ ਸਨ ਕੁਐਸਚਨ ਨੰਬਰ 51 ਸ਼ਾਜਾਹ ਨੇ ਲਹਿਰਾ ਦੀ ਲੜਾਈ ਵਿੱਚ ਕਿਸ ਦੀ ਅਗਵਾਈ ਵਿੱਚ ਫੌਜ ਭੇਜੀ ਸੀ ਹਾਂਜੀ ਹੁਣ ਆਪਣੇ ਕੋਲ ਚਾਰ ਆਪਸ਼ਨ ਆ ਗਈਆਂ ਜਿਨ੍ਹਾਂ ਵਿੱਚੋਂ ਸਹੀ ਆਨਸਰ ਹੈ ਈਡੀ ਲਾਲਬੀਗ ਅਤੇ ਕਮਰਵੀਗ ਨੂੰ ਸ਼ਾਜਾਹ ਨੇ ਲਹਿਰਾ ਦੀ ਲੜਾਈ ਵਿੱਚ ਫੌਜੀ ਅਗਵਾਈ ਕਰਨ ਲਈ ਭੇਜਿਆ ਸੀ ਕੁਐਸਚਨ ਨੰਬਰ 52 ਲਹਿਰਾ ਦੀ ਲੜਾਈ ਵਿੱਚ ਸਿੱਖਾਂ ਦੀ ਅਗਵਾਈ ਕਿਸਨੇ ਕੀਤੀ ਸੀ ਹਾਂਜੀ ਹੁਣ ਆਪਣੇ ਕੋਲ ਚਾਰ ਆਪਸ਼ਨ ਆ ਜਾਂਦੇ ਨੇ ਜਿਨ੍ਹਾਂ ਵਿੱਚ ਸਹੀ ਆਨਸਰ ਹੈ ਈਡੀ ਲਹਰਾ ਦੀ ਲੜਾਈ ਵਿੱਚ ਸਿੱਖਾਂ ਦੀ ਅਗਵਾਈ ਭਾਈ ਜੇਠਾ ਜੀ ਨੇ ਕੀਤੀ ਸੀ ਕੁਐਸਚਨ ਨੰਬਰ 53 ਕਰਤਾਰਪੁਰ ਦੀ ਲੜਾਈ ਕਦੋਂ ਲੜੀ ਗਈ ਸੀ ਹਾਂਜੀ ਹੁਣ ਆਪਣੇ ਕੋਲ ਚਾਰ ਆਪਸ਼ਨ ਆ ਜਾਂਦੇ ਨੇ ਜਿਨ੍ਹਾਂ ਵਿੱਚ ਰਾਈਟ ਆਨਸਰ ਹੈ ਈਡੀ 1635 ਵਿੱਚ ਕਰਤਾਰਪੁਰ ਦੀ ਲੜਾਈ ਲੜੀ ਗਈ ਸੀ ਕੁਐਸਚਨ ਨੰਬਰ 54 ਕਰਤਾਰਪੁਰ ਦੀ ਲੜਾਈ ਵਿੱਚ ਮੁੰਗਲਾਂ ਦੀ ਲੜਾਈ ਦੀ ਅਗਵਾਈ ਕਿਸ ਨੇ ਕੀਤੀ ਤੇ ਜੋ ਮਾਰੇ ਗਏ ਸਨ ਹਾਂਜੀ ਹੁਣ ਆਪਣੇ ਕੋਲ ਚਾਰ ਆਪਸ਼ਨ ਆ ਜਾਂਦੀਆਂ ਨੇ ਚਿਨਾਂ ਵਿੱਚ ਰਾਈਟ ਆਨਸਰ ਹੈ ਸੱਸਾ ਕਾਲੇ ਖਾ ਪੰਦੇ ਖਾ ਅਤੇ ਕুতਬਖਾਨੇ ਕਰਤਾਰਪੁਰ ਦੀ ਲੜਾਈ ਵਿੱਚ ਮੁੰਗਲਾਂ ਦੀ ਅਗਵਾਈ ਕੀਤੀ ਸੀ ਜੋ ਲੜਾਈ ਵਿੱਚ ਮਾਰੇ ਗਏ ਸਨ ਕੁਐਸਚਨ ਨੰਬਰ 55 ਫਗਵਾੜਾ ਭਲਾਈ ਦੀ ਲੜਾਈ ਕਦੋਂ ਹੋਈ ਸੀ ਹਾਂਜੀ ਹੁਣ ਆਪਣੇ ਕੋਲ ਚਾਰ ਆਪਸ਼ਨ ਆ ਜਾਂਦੀਆਂ ਨੇ ਚਿਨਾਂ ਵਿੱਚ ਸਹੀ ਅਨਸਰ ਹੈ ਊੜਾ 1635 ਵਿੱਚ ਫਗਵਾੜਾ ਭਲਾਈ ਦੀ ਲੜਾਈ ਹੋਈ ਸੀ ਕੁਐਸਚਨ ਨੰਬਰ 56 ਫਗਵਾੜਾ ਦੀ ਲੜਾਈ ਵਿੱਚ ਮੁਗਲਾਂ ਦੀ ਅਗਵਾਈ ਕਿਸ ਨੇ ਕੀਤੀ ਸੀ ਹਾਂਜੀ ਹੁਣ ਆਪਣੇ ਕੋਲ ਚਾਰ ਆਪਸ਼ਨ ਆ ਜਾਂਦੀਆਂ ਨੇ ਜਿਨ੍ਹਾਂ ਵਿੱਚੋਂ ਰਾਈਟ ਆਨਸਰ ਹੈ ਸਸਾ ਫਗਵਾੜਾ ਦੀ ਲੜਾਈ ਵਿੱਚ ਅਹਿਮਦ ਖਾਨ ਦੀ ਅਗਵਾਈ ਹੇਠ ਮੁਗਲਾਂ ਦੀ ਫੌਜ ਆਈ ਸੀ ਕੁਐਸਚਨ ਨੰਬਰ 57 ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ ਤੀਜੇ ਗੱਲ ਦਾ ਸਮਾਂ ਕੀ ਹੈ ਹਾਂਜੀ ਹੁਣ ਆਪਣੇ ਕੋਲ ਚਾਰ ਆਪਸ਼ਨ ਆ ਜਾਂਦੀਆਂ ਨੇ ਜਿਨ੍ਹਾਂ ਵਿੱਚੋਂ ਰਾਈਟ ਆਨਸਰ ਹੈ ਊੜਾ 1632 ਤੋਂ ਲੈ ਕੇ 1642 ਸ਼੍ਰੀ ਗੁਰੂ ਹਰੀ ਗੋਬਿੰਦ ਸਾਹਿਬ ਜੀ ਦਾ ਤੀਜੇ ਗੱਲ ਦਾ ਸਮਾਂ ਰਿਹਾ ਸੀ ਈ ਕੁਐਸਚਨ ਨੰਬਰ 15 ਸ਼੍ਰੀ ਗੁਰੂ ਹਰੀ ਗੋਬਿੰਦ ਸਾਹਿਬ ਜੀ ਨੇ ਕਿਹੜਾ ਨਗਰ ਬਸਾਇਆ ਸੀ ਹਾਂਜੀ ਹੁਣ ਆਪਣੇ ਕੋਲ ਚਾਰ ਆਪਸ਼ਨ ਆ ਗਈਆਂ ਨੇ ਜਿਨ੍ਹਾਂ ਵਿੱਚੋਂ ਰਾਈਟ ਆਨਸਰ ਹੈ ਊੜਾ ਸ਼੍ਰੀ ਗੁਰੂ ਹਰੀ ਗੋਬਿੰਦ ਸਾਹਿਬ ਜੀ ਨੇ ਕੀਰਤਪੁਰ ਨਾਮ ਦਾ ਨਗਰ ਬਸਾਇਆ ਸੀ ਕਵੈਸਚਨ ਨੰਬਰ 59 ਕੀਰਤਪੁਰ ਤੋਂ ਕੀ ਭਾਵ ਹੈ ਹਾਂਜੀ ਹੁਣ ਆਪਣੇ ਕੋਲ ਚਾਰ ਆਪਸ਼ਨ ਆ ਗਈਆਂ ਜਿਨ੍ਹਾਂ ਵਿੱਚੋਂ ਰਾਈਟ ਆਨਸਰ ਹੈ ਊੜਾ ਕੀਰਤਪੁਰ ਤੋਂ ਆਪਾ ਪ੍ਰਮਾਤਮਾ ਦੀ ਉਸਤਤ ਤੋਂ ਹੈ ਕਵੈਸਚਨ ਨੰਬਰ 60 ਸ਼੍ਰੀ ਗੁਰੂ ਹਰੀ ਗੋਬਿੰਦ ਸਾਹਿਬ ਜੀ ਨੂੰ ਜ਼ਮੀਨ ਕਿਸ ਨੇ ਦਾਨ ਵਿੱਚ ਦਿੱਤੀ ਸੀ ਹਾਂਜੀ ਹੁਣ ਆਪਣੇ ਕੋਲ ਚਾਰ ਆਪਸ਼ਨ ਆ ਜਾਂਦੀਆਂ ਨੇ ਜਿਨ੍ਹਾਂ ਵਿੱਚੋਂ ਰਾਈਟ ਆਨਸਰ ਹੈ ਊੜਾ ਕਲਿਆਨ ਚੰਦ ਸ਼੍ਰੀ ਗੁਰੂ ਹਰੀ ਗੋਬਿੰਦ ਸਾਹਿਬ ਜੀ ਨੂੰ ਜ਼ਮੀਨ ਦੇਣ ਵਾਲਾ ਵਿਅਕਤੀ ਕਲਿਆਨ ਚੰਦ ਸੀ ਕਵੈਸਚਨ ਨੰਬਰ 61 ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ ਗੱਦੀ ਤੇ ਬੈਠਣ ਤੋਂ ਬਾਅਦ ਸਭ ਤੋਂ ਵੱਧ ਮੁਸ਼ਕਿਲਾਂ ਕਿਸ ਨੇ ਪੈਦਾ ਕੀਤੀਆਂ ਸਨ ਹਾਂਜੀ ਹੁਣ ਆਪਣੇ ਕੋਲ ਚਾਰ ਆਪਸ਼ਨ ਆ ਜਾਂਦੀ ਨੇ ਜੀਨਾਂ ਵਿੱਚ ਰਾਈਟ ਆਨਸਰ ਹੈ ਤੀਰਮਲ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ ਗੱਦੀ ਤੋਂ ਬੈਠਣ ਤੋਂ ਬਾਅਦ ਸਭ ਤੋਂ ਵੱਧ ਮੁਸ਼ਕਿਲਾਂ ਪੈਦਾ ਕਰਨ ਵਾਲਾ ਇਨਸਾਨ ਤੀਰਮਲ ਸੀ ਕਵੈਸਚਨ ਨੰਬਰ 62 ਤੀਰਮਲ ਕੌਣ ਸੀ ਹਾਂਜੀ ਹੁਣ ਆਪਣੇ ਕੋਲ ਚਾਰ ਆਪਸ਼ਨ ਆ ਜਾਂਦੀਆਂ ਨੇ ਜਿਨ੍ਹਾਂ ਵਿੱਚੋਂ ਸਹੀ ਆਨਸਰ ਹੈ ਊੜਾ ਥਿਰਮਲ ਬਾਬਾ ਗੁਰਦਿੱਤਾ ਦਾ ਪੁੱਤਰ ਸੀ ਕੁਐਸਚਨ ਨੰਬਰ 63 ਲੋਹਰ ਦੇ ਵਿੱਚ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਪਿਤਾ ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਯਾਦ ਵਿੱਚ ਕਿਹੜਾ ਗੁਰਦੁਆਰਾ ਬਣਵਾਇਆ ਸੀ ਹਾਂਜੀ ਹੁਣ ਆਪਣੇ ਕੋਲੇ ਚਾਰ ਆਪਸ਼ਨ ਆਏ ਜਾਂਦੀਆਂ ਨੇ ਜਿਨ੍ਹਾਂ ਵਿੱਚੋਂ ਰਾਈਟ ਆਨਸਰ ਹੈ ਊੜਾ ਗੁਰਦੁਆਰਾ ਡੇਰਾ ਸਾਹਿਬ ਲੋਹਰ ਦੇ ਵਿੱਚ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਪਿਤਾ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਯਾਦ ਵਿੱਚ ਬਣਵਾਇਆ ਸੀ ਕਵੈਸਚਨ ਨੰਬਰ 64 ਸ਼੍ਰੀ ਗੁਰੂ ਹਰੀ ਗੋਬਿੰਦ ਸਾਹਿਬ ਜੀ ਨੇ ਅੰਮ੍ਰਿਤਸਰ ਦੇ ਆਲੇ ਦੁਆਲੇ ਕਿਹੜਾ ਕਿਲਾ ਬਣਵਾਇਆ ਸੀ ਹਾਂਜੀ ਹੁਣ ਆਪਣੇ ਕੋਲ ਚਾਰ ਆਪਸ਼ਨ ਆਈਆਂਂਦੀਆਂ ਨੇ ਜਿਨ੍ਹਾਂ ਵਿੱਚੋਂ ਰਾਈਟ ਆਨਸਰ ਹੈ ਊੜਾ ਸ਼੍ਰੀ ਗੁਰੂ ਹਰੀ ਗੋਬਿੰਦ ਸਾਹਿਬ ਜੀ ਨੇ ਅੰਮ੍ਰਿਤਸਰ ਦੇ ਆਲੇ ਦੁਆਲੇ ਨੌਗੜ ਦਾ ਕਿਲਾ ਬਣਵਾਇਆ ਸੀ ਕਵੈਸਚਨ ਨੰਬਰ 65 ਸ਼੍ਰੀ ਗੁਰੂ ਹਰੀ ਗੋਬਿੰਦ ਸਾਹਿਬ ਜੀ ਨੇ ਆਪਣਾ ਉਤਰਾਧਿਕਾਰੀ ਕਿਸ ਨੂੰ ਬਣਾਇਆ ਸੀ ਹਾਂਜੀ ਹੁਣ ਆਪਣੇ ਕੋਲ ਚਾਰ ਆਪਸ਼ਨ ਆਈਆਂਂਦੀਆਂ ਨੇ જીવ રાઇટ આન્સર ઉડા શ્રી ગુરુ હરિગોબિંદ સાહેબ જીને હરિરાયનું આપણા ઉત્તરાધિકારી બનાયાશન નંબર સિક્સટી સિક્સ શ્રી ગુરુ હરિગોબિંદ સાહેબ જી કદો જોતી સી હું આપણે કોલ ચાર ઓપ્શન આદિયારને જીવ રાઇટ આન્સર સસ્સા સોલંસો પંતાલી વિચ ગુરુ હરિગોબિંદ સાહેબ જી જોતી જોત સમયે સન હાજી ਅੱਪਨ ਇਸ ਵੀਡੀਓ ਵਿੱਚ ਸਿੱਖਾਂ ਦੇ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਬਾਰੇ ਪੂਰੀ ਜਾਣਕਾਰੀ ਹਾਸਿਲ ਕੀਤੀ। ਮੈਨੂੰ ਉਮੀਦ ਹੈ ਤੁਹਾਨੂੰ ਮੇਰਾ ਇਹ ਵੀਡੀਓ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਤੁਹਾਨੂੰ ਮੇਰਾ ਇਹ ਵੀਡੀਓ ਪਸੰਦ ਆਇਆ ਹੋਵੇ ਤਾਂ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਅਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਐਗਜ਼ਾਮ ਸਟੱਡੀ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵਿਜ਼ਿਟ ਵੀ ਕਰੋ। ਥੈਂਕ ਯੂ।